ਔਰ ਇੰਡਸਟਰੀ ਏਰੀਆ ਦੇ ਪਾਸਿਓਂ ਜਿਹੜੇ ਲੋਕ ਜੇਸੀਟੀ ਮਿਲ ਦੇ ਵਿੱਚ ਡਿਊਟੀ ਕਰਨ ਵਾਸਤੇ ਜਾਂਦੇ ਆ ਉਹ ਲੋਕ ਜਿਹੜੇ ਹੈਗੇ ਆ ਉਹ ਇਧਰੋਂ ਜਦੋਂ ਹਾਈਵੇ ਕ੍ਰੋਸ ਕਰਦੇ ਜਾਂ ਉਧਰੋਂ ਇੱਧਰ ਕਰਦੇ ਆ ਉਹ ਖਤਰੇ ਦਾ ਜਿਹੜਾ ਕਾਰਨ ਆ ਹਮੇਸ਼ਾ ਬਣਿਆ ਹੋਇਆ ਆ ਔਰ ਅਸੀਂ ਅੱਜ ਡਿਮਾਂਡ ਕੀਤੀ ਆ ਬਈ ਆ ਇਹਨਾਂ ਨੇ ਕਿਉਂਕਿ ਹਾਈਵੇ ਦੇ ਡਿਵਾਈਡਰ ਦੇ ਵਿੱਚ ਜਿਹੜੇ ਚੈਨਲ ਲਗਾ ਕੇ ਹੁਣ ਉਹ ਗੱਪਿਓ ਬੰਦ ਕਰ ਦਿੱਤਾ ਅਸੀਂ ਇਹਨਾਂ ਕੋਲ ਡਿਮਾਂਡ ਕੀਤੀ ਹੈਗੀ ਆ ਬਈ ਇੱਥੇ ਓਵਰ ਬ੍ਰਿਜ ਜਿਹੜਾ ਹੈਗਾ ਉਹ ਮਨਜ਼ੂਰ ਕੀਤਾ ਜਾਵੇ ਓਵਰ ਬ੍ਰਿਜ ਬਣਾਇਆ ਜਾਵੇ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਇਹ ਲਿਖਤੀ ਦਾ ਦਿੱਤਾ ਬਈ ਕੋਈ ਵੀ ਸਕੂਲ ਕਿਸੇ ਨੂੰ ਵੀ ਕਿਸੇ ਖਾਸ ਦੁਕਾਨ ਤੋਂ ਕਿਤਾਬਾਂ ਖਰੀਦਣ ਲਈ ਮਜਬੂਰ ਨਹੀਂ ਕਰ ਸਕਦਾ ਕਿਉਂਕਿ ਜਿਹੜੀਆਂ ਕਿਤਾਬਾਂ ਸਕੂਲਾਂ ਵਾਲੇ ਲਗਾਈਆਂ ਉਹ ਕਿਸੇ ਹੋਰ ਦੁਕਾਨ ਤੋਂ ਮਿਲਦੀਆਂ ਹੀ ਨਹੀਂ ਫਗਵਾੜਾ 'ਚ ਜੀਟੀ ਰੋਡ 'ਤੇ ਕਾਫੀ ਜ਼ਿਆਦਾ ਆਵਾਜਾਈ ਚੱਲਦੀ ਹੈ ਜੇਕਰ ਗੱਲ ਕਰੀਏ ਜੇਸੀਟੀ ਵਾਲੀ ਸਾਈਡ ਦੀ ਤਾਂ ਕਾਫੀ ਲੋਕ ਇੰਡਸਟਰੀ ਏਰੀਏ ਵੱਲ ਕੰਮ ਕਰਨ ਜਾਂਦੇ ਨੇ ਤੇ ਕਾਫੀ ਇੰਡਸਟਰੀ ਏਰੀਆ ਵਾਲੇ ਲੋਕ ਜੇਸੀਟੀ ਮਿਲ 'ਚ ਕੰਮ ਕਰਦੇ ਨੇ ਜਿਸ ਕਰਕੇ ਉਹਨਾਂ ਨੂੰ ਪੁੱਲ ਪਾਰ ਕਰਨਾ ਪੈਂਦਾ ਹੈ ਪੁੱਲ 'ਤੇ ਟ੍ਰੈਫਿਕ ਬਹੁਤ ਤੇਜ਼ੀ ਨਾਲ ਹੁੰਦੀ ਹੈ ਜਿਸ ਕਾਰਨ ਸੜਕ ਪਾਰ ਕਰਨ ਵਾਲਿਆਂ ਨੂੰ ਬਹੁਤ ਮੁਸ਼ਕਿਲਾਂ ਆਉਂਦੀਆਂ ਨੇ ਇਸ ਕਾਰਨ ਕਈ ਦੁਰਘਟਨਾਵਾਂ ਵੀ ਵਾਪਰ ਚੁੱਕੀਆਂ ਨੇ ਜਿਸ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਨੇਤਾ ਜਰਨੈਲ ਨੰਗਲ ਵੱਲੋਂ ADC ਨੂੰ ਮੰਗ ਪੱਤਰ ਦਿੱਤਾ ਗਿਆ ਜਿਸ 'ਚ ਉਹਨਾਂ ਮੰਗ ਕੀਤੀ ਕਿ ਪੁੱਲ ਦੇ ਆਰ ਪਾਰ ਜਾਣ ਲਈ ਇੱਕ ਓਵਰ ਬ੍ਰਿਜ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਪੁੱਲ ਪਾਰ ਨਾ ਕਰਨਾ ਪਵੇ ਇਸ ਤੋਂ ਇਲਾਵਾ ਸਕੂਲਾਂ ਵੱਲੋਂ ਕੀਤੀ ਜਾ ਰਹੀ ਵਰਦੀਆਂ ਅਤੇ ਕਿਤਾਬਾਂ ਦੀ ਲੁੱਟ ਨੂੰ ਵੀ ਰੋਕਣ ਲਈ ਜਰਨੈਲ ਨੰਗਲ ਨੇ ਸਕੂਲਾਂ ਖਿਲਾਫ਼ ਮੰਗ ਪੱਤਰ ਵੀ ਦਿੱਤਾ ਹੈ ਇਸ ਦੇ ਨਾਲ ਉਹਨਾਂ ਕਿਹਾ ਕਿ ਜਿੰਨੀ ਦੇਰ ਤੱਕ ਓਵਰ ਬ੍ਰਿਜ ਨਹੀਂ ਬੰਦ ਉਦੋਂ ਤੱਕ ਪੁੱਲ ਨੂੰ ਖੋਲ੍ਹ ਦਿੱਤਾ ਜਾਵੇ ਅੱਜ ਅਸੀਂ ਸਾਰੇ ਹੀ ਸਤਿਕਾਰਯੋਗ ਸਾਥੀ ਲੋਕ ਇਨਸਾਫ਼ ਪਾਰਟੀ ਦੇ ਜ਼ਿੰਮੇਵਾਰ ਸਾਥੀ ਮਾਨਯੋਗ ADC ਸਾਹਿਬ ਫਗਵਾੜਾ ਨੂੰ ਮਿਲੇ ਹਾਂ ਔਰ ਜਿਹਦੇ ਵਿੱਚ ਅਸੀਂ ਇੱਕ ਮੰਗ ਪੱਤਰ ਮਾਨਯੋਗ ਆਵਾਜਾਈ ਮੰਤਰੀ ਭਾਰਤ ਸਰਕਾਰ ਮਾਨਯੋਗ ਇੱਥੋਂ ਦੇ ਲੋਕ ਸਭਾ ਦੇ ਮੈਂਬਰ ਸੋਮ ਪ੍ਰਕਾਸ਼ ਜੀ ਜਿਹੜੇ ਕੇਂਦਰ ਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਆ ਔਰ ਇਹਨਾਂ ਤੋਂ ਇਲਾਵਾ ਮਾਨਯੋਗ ਡਿਪਟੀ ਕਮਿਸ਼ਨਰ ਕਪੂਰਥਲਾ ਇਹਨਾਂ ਦੇ ਨਾਮ ਦੇ ਉੱਤੇ ਮੰਗ ਪੱਤਰ ਦਿੱਤਾ ਹੈਗਾ ਮਾਨਯੋਗ ADC ਸਾਹਿਬ ਦੇ ਜ਼ਰੀਏ ਔਰ ਇਹ 'ਚ ਸਾਡੀ ਜਿਹੜੀ ਡਿਮਾਂਡ ਹੈਗੀ ਆ ਉਹ ਇਹ ਸੀਗੀ ਬਈ ਨੈਸ਼ਨਲ ਹਾਈਵੇ ਦੇ ਚੜ੍ਹਦੇ ਪਾਸੇ JCT ਮਿਲ ਆ ਔਰ ਲਹਿੰਦੇ ਪਾਸੇ ਇੰਡਸਟਰੀ ਏਰੀਆ ਆ ਔਰ ਜਿਹੜਾ ਚੜ੍ਹਦਾ ਪਾਸਾ ਇੱਧਰਲੇ ਪਾਸੇ ਸਾਰਾ ਹੀ ਲੇਬਰ ਕਲਾਸ ਸਾਡੇ ਸਾਥੀ ਰਹਿੰਦੇ ਹੈਗੇ ਆ ਜਿਹਦੇ ਵਿੱਚ ਓਂਕਾਰ ਨਗਰ ਕਿਰਪਾ ਨਗਰ ਸ਼ੇਪੁਰੀ ਸ਼ਾਮ ਨਗਰ ਔਰ ਪੀਪਾ ਰੰਗੀ ਇਹ ਸਾਰਾ ਏਰੀਆ ਜਿਹੜਾ ਹੈਗਾ ਇਸ ਏਰੀਏ ਦੇ ਵਿੱਚ ਸਾਰੇ ਲੇਬਰ ਕਲਾਸ ਲੋਕ ਜਿਹੜੇ ਹੈਗੇ ਆ ਮਿਹਨਤ ਮਜ਼ਦੂਰੀ ਵਾਲੇ ਲੋਕ ਔਰ ਇਹ ਸਾਰਿਆਂ ਨੂੰ ਜਦੋਂ ਇੰਡਸਟਰੀ ਏਰੀਏ 'ਚ ਬਹੁਤ ਸਾਰੀਆਂ ਸਾਡੀਆਂ ਮਾਤਾਵਾਂ ਭੈਣਾਂ ਜਿਹੜੀਆਂ ਇੰਡਸਟਰੀ ਏਰੀਏ ਦੇ ਵਿੱਚ ਫੈਕਟਰੀਆਂ 'ਚ ਪੈਕਿੰਗ ਕਰਨ ਵਾਸਤੇ ਜਾਂਦੀਆਂ ਜਾਂ ਇੱਧਰਲੇ ਪਾਸੇ ਲਹਿੰਦੇ ਪਾਸੇ ਹਾਈਵੇ ਦੇ ਸਬਜ਼ੀ ਮੰਡੀ ਹੈਗੀ ਆ ਉੱਧਰ ਪਾਸੇ ਜਾਂਦੀਆਂ ਤਾਂ ਉਹ ਹਾਈਵੇ ਤੋਂ ਜਿਹੜਾ ਉਹ ਕ੍ਰੋਸ ਕਰਕੇ ਜਦੋਂ ਉੱਧਰਲੇ ਪਾਸੇ ਜਾਂਦੀਆਂ ਤਾਂ ਟ੍ਰੈਫਿਕ ਬੜੀ ਫਾਸਟ ਜਿਹੜੀ ਆ ਚੱਲਦੀ ਆ ਔਰ ਇੰਨੀ ਫਾਸਟ ਟ੍ਰੈਫਿਕ ਆ ਵੀ ਉੱਥੇ ਜਾਣੀ ਪਤਾ ਨਹੀਂ ਲੱਗਦਾ ਵੀ ਕਿੰਨਾ ਔਰ ਇੰਡਸਟਰੀ ਏਰੀਆ ਵਾਲੇ ਪਾਸਿਓਂ ਜਿਹੜੇ ਲੋਕ JCT ਮਿਲ ਦੇ ਵਿੱਚ ਡਿਊਟੀ ਕਰਨ ਵਾਸਤੇ ਜਾਂਦੇ ਆ ਉਹ ਲੋਕ ਜਿਹੜੇ ਹੈਗੇ ਆ ਉਹ ਇੱਧਰੋਂ ਜਦੋਂ ਹਾਈਵੇ ਕ੍ਰੋਸ ਕਰਦੇ ਜਾਂ ਉੱਧਰੋਂ ਇੱਧਰ ਕਰਦੇ ਆ ਉਹ ਖਤਰੇ ਦਾ ਜਿਹੜਾ ਕਾਰਨ ਆ ਹਮੇਸ਼ਾ ਬਣਿਆ ਹੋਇਆ ਆ ਔਰ ਅਸੀਂ ਅੱਜ ਡਿਮਾਂਡ ਕੀਤੀ ਆ ਬਈ ਆ ਇਹਨਾਂ ਨੇ ਕਿਉਂਕਿ ਹਾਈਵੇ ਦੇ ਡਿਵਾਈਡਰ ਦੇ ਵਿੱਚ ਜਿਹੜੇ ਚੈਨਲ ਲਗਾ ਕੇ ਹੁਣ ਉਹ ਗੱਪਿਓ ਬੰਦ ਕਰ ਦਿੱਤਾ ਅਸੀਂ ਇਹਨਾਂ ਕੋਲ ਡਿਮਾਂਡ ਕੀਤੀ ਹੈਗੀ ਆ ਬਈ ਇੱਥੇ ਓਵਰ ਬ੍ਰਿਜ ਜਿਹੜਾ ਹੈਗਾ ਉਹ ਮਨਜ਼ੂਰ ਕੀਤਾ ਜਾਵੇ ਓਵਰ ਬ੍ਰਿਜ ਬਣਾਇਆ ਜਾਵੇ ਤਾਂ ਜੋ ਲੋਕਾਂ ਦੇ ਜਾਨ ਮਾਲ ਦੀ ਰਖਵਾਲੀ ਹੋ ਸਕੇ ਕੋਈ ਵੱਡਾ ਹਾਦਸਾ ਨਾ ਹੋ ਸਕੇ ਤਾਂ ਮਾਨਯੋਗ ADC ਸਾਹਿਬ ਨੇ ਸਾਨੂੰ ਇਸ ਗੱਲ ਦਾ ਭਰੋਸਾ ਦਿੱਤਾ ਕਿ ਅਸੀਂ ਅੱਜ ਹੀ ਜਿਹੜਾ ਤੁਹਾਡਾ ਮੰਗ ਪੱਤਰ ਹੈ ਉਹ DC ਸਾਹਿਬ ਨੂੰ ਉਹਨਾਂ ਦੇ ਜ਼ਰੀਏ ਬਾਕੀ ਜਿਹੜੇ ਸਾਡੇ ਸਰਕਾਰ ਦੇ ਵਿੱਚ ਉਹ ਮੰਤਰਾਲੇ ਦੇ ਵਿੱਚ ਹੈਗੇ ਆ ਉਹਨਾਂ ਨੂੰ ਜਿਹੜਾ ਇਹ ਭੇਜ ਦਿੱਤਾ ਜਾਏਗਾ ਔਰ ਕੋਸ਼ਿਸ਼ ਹੈ ਵੀ ਜਲਦੀ ਜਿਹੜਾ ਇਸ ਮਸਲੇ ਦਾ ਹੱਲ ਹੋ ਜਾਏਗਾ ਤਾਂ ਅਸੀਂ ਇਹਦੇ ਨਾਲ ਇੱਕ ਜਿਹੜੀ ਸਕੂਲਾਂ ਵਾਲਾ ਸੀਗਾ ਮਾਮਲਾ ਜਿਹੜੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਹਾਂ ਔਰ ਸਕੂਲਾਂ ਵਾਲੇ ਮਾਮਲੇ ਦੇ ਵਿੱਚ ਜਿਹੜਾ ਇਹਨਾਂ ਨੇ ਕਿਤਾਬਾਂ 'ਚ ਲੁੱਟ ਵਰਦੀਆਂ 'ਚ ਲੁੱਟ ਜਿਹੜਾ ਅੰਨੇਵਾਹ ਜਿਹੜਾ ਚਾਰਜਿਸ ਮੰਗ ਰਹੇ ਆ ਉਹਦੇ ਵਿੱਚ ਅਸੀਂ ਕਈ ਸਵਾਲ ਤੁਹਾਡੇ ਸਾਹਮਣੇ ਅਸੀਂ ਸਾਂਝੇ ਕੀਤੇ ਸੀਗੇ ਤਾਂ ਇਹਨਾਂ ਦੇ ਜਵਾਬ ਸਾਨੂੰ ਨਹੀਂ ਸੀ ਮਿਲ ਰਹੇ ਤਾਂ ਜਵਾਬ ਸਾਨੂੰ ਪਰਸੋਂ ਮਿਲੇ ਹੈਗੇ ਤਾਂ ਪਰਸੋਂ ਸਾਨੂੰ ਜਦੋਂ ਜਵਾਬ ਮਿਲੇ ਆ ਜਵਾਬ ਦੇ ਵਿੱਚ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਇਹ ਲਿਖਤੀ ਦਾ ਦਿੱਤਾ ਵੀ ਕੋਈ ਵੀ ਸਕੂਲ ਕਿਸੇ ਨੂੰ ਵੀ ਕਿਸੇ ਖਾਸ ਦੁਕਾਨ ਤੋਂ ਕਿਤਾਬਾਂ ਖਰੀਦਣ ਲਈ ਮਜਬੂਰ ਨਹੀਂ ਕਰ ਸਕਦਾ ਔਰ ਅਸੀਂ ਇਹਦੇ 'ਚ ਲਿਖਿਆ ਵੀ ਅਸੀਂ ਤੁਹਾਨੂੰ ਦੁਕਾਨਾਂ ਦਿਖਾਉਂਦੇ ਹਾਂ ਜਿਹੜੀਆਂ ਇਹ ਕਿਤਾਬਾਂ ਖਰੀਦਣ ਲਈ ਮਾਪਿਆਂ ਨੂੰ ਮਜਬੂਰ ਕਰ ਰਹੇ ਹਾਂ ਕਿਉਂ ਮਜਬੂਰੀ ਕੀ ਆ ਮਾਪਿਆਂ ਦੀ ਕਿਉਂਕਿ ਜਿਹੜੀਆਂ ਕਿਤਾਬਾਂ ਸਕੂਲਾਂ ਵਾਲੇ ਲਗਾਈਆਂ ਉਹ ਕਿਸੇ ਹੋਰ ਦੁਕਾਨ ਤੋਂ ਮਿਲਦੀਆਂ ਹੀ ਨਹੀਂ ਔਰ ਦੂਸਰੇ ਪਾਸੇ ਵਰਦੀਆਂ 'ਚ ਲੁੱਟ ਇਹ ਵਰਦੀਆਂ ਦੇ ਜਿਹੜਾ ਟਾਈ ਬੈਲਟ ਬੈਚ ਨਹੀਂ ਦੇ ਰਹੇ ਵਰਦੀਆਂ ਜਿਹੜੀਆਂ ਉਹ ਮਾਪਿਆਂ ਨੂੰ ਖਰੀਦਣ ਲਈ ਮਜਬੂਰੀ ਤਾਂ ਦਿਆ ਕਿਉਂਕਿ ਮਾਪਿਆਂ ਨੂੰ ਉਹ ਜਿਹੜਾ ਟਾਈ ਬੈਲਟ ਬੈਚ ਆ ਉਸ ਸਕੂਲ ਦੀ ਵਰਦੀ ਦੇ ਉੱਤੇ ਉਸ ਦੁਕਾਨ ਤੋਂ ਹੀ ਮਿਲਦਾ ਤਾਂ ਇਹ ਜਿਹੜੀ ਚੀਜ਼ਾਂ ਹੈਗੀਆਂ ਅਸੀਂ ਇਹਨਾਂ ਦੇ ਵਿੱਚ ਲਿਖਤੀ ਦੇ ਦਿੱਤਾ ਕੁਝ ਹੋਰ ਐਪਲੀਕੇਸ਼ਨ ਸੀਗੀਆਂ ਕਈ ਬੱਚਿਆਂ ਨਾਲ ਇਹਨਾਂ ਨੇ ਜਿਹੜਾ ਕੋਈ ਵਿਤਕਰਾ ਕੀਤਾ ਕਿਸੇ ਦੇ ਰਿਜ਼ਲਟ ਖਰਾਬ ਕੀਤੇ ਆ
ਕਿ ਇੱਕ ਸਕੂਲ ਨੇ ਪਹਿਲਾਂ NCERT ਦੀਆਂ ਬੁੱਕਸ ਲਗਾਤੀਆਂ, ਜਦੋਂ ਮਹੀਨਾ ਕੁ ਬੱਚਿਆਂ ਨੇ ਪੜ੍ਹ ਲਈਆਂ ਉਹਦੇ ਤੋਂ, ਤਾਂ ਫਿਰ ਇਹਨਾਂ ਨੇ ਕਹਿ ਤਾ ਨਹੀਂ ਜੀ ਇਸ ਪ੍ਰਾਈਵੇਟ ਪਬਲਿਸ਼ਰ ਦੀਆਂ ਲਗਾਵਾਂਗੇ। ਤੋ ਇਦਾਂ ਦੀਆਂ ਸਾਰੀਆਂ ਸੀ ਜਿਹੜੀਆਂ ਸ਼ਿਕਾਇਤਾਂ ਉਹ ਸਾਬਿਤ ਹੋ ਗਈਆਂ। ਇਹਦੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਨੇ ਆਪਣਾ ਜਵਾਬ ਤਾਂ ਦਿੱਤਾ ਵੀ ਇੱਦਾਂ ਉਹ ਕਰ ਨਹੀਂ ਸਕਦੇ, ਲੇਕਿਨ ਅਸੀਂ ਇਹਨਾਂ ਨੂੰ ਸਬੂਤ ਦਿੱਤੇ ਵੀ ਉਹਨਾਂ ਨੇ ਕੀਤਾ, ਤਾਂ ਫਿਰ ਤੁਸੀਂ ਕਾਰਵਾਈ ਕੀ ਕਰ ਰਹੇ ਹੋ। ਤੋ ਮਾਨਯੋਗ ADC ਸਾਹਿਬ ਨੂੰ ਅਸੀਂ ਇਹ ਐਪਲੀਕੇਸ਼ਨ ਅੱਜ ਦਿੱਤੀ ਹੈ, ਔਰ ਇਹਦੇ 'ਤੇ ਅਸੀਂ ਹੁਣ ਕਿੰਨੇ ਦਿਨਾਂ ਦੇ ਵਿੱਚ ਇਹ ਉਹਨਾਂ 'ਤੇ ਕਾਰਵਾਈ ਕਰਦੇ ਆ, ਕਿੰਨੇ ਦਿਨਾਂ 'ਚ ਕਾਰਵਾਈ ਕਰਦੇ, ਇਸ ਗੱਲ ਦਾ ਇੰਤਜ਼ਾਰ ਕਰਾਂਗੇ। ਔਰ ਦੂਸਰਾ ਜਿਹੜਾ ਹੈਗਾ ਸਾਡਾ ਇਹ ਓਵਰ ਬ੍ਰਿਜ ਵਾਲਾ ਮਾਮਲਾ, ਔਰ ਇਹ ਓਵਰ ਬ੍ਰਿਜ ਦੀ ਜਿਹੜੀ ਗੱਲ ਹੈਗੀ ਆ, ਅਸੀਂ ਇਹਦੇ 'ਚ ਨਾਲ ਇੱਕ ਗਿਆ ਵੀ ਜਿੰਨੀ ਦੇਰ ਤੱਕ ਓਵਰ ਬ੍ਰਿਜ ਨਹੀਂ ਬਣਦਾ ਉਨੀ ਦੇਰ ਤੱਕ ਜਿਹੜਾ ਡਿਵਾਈਡਰ ਇਹਨਾਂ ਨੇ ਬੰਦ ਕੀਤਾ ਹੈਗਾ ਉਹਦੇ ਵਿੱਚੋਂ ਜਿਹੜਾ ਇੱਕ ਜਿਹੜੇ ਚੈਨਲ ਜਿਹਾ ਗਾਰਡਰ ਜਿਹਾ ਇੱਕ ਖੋਲ੍ਹ ਦੇਣ, ਤਾਂ ਕਿ ਬੱਚ ਜਿਹੜੇ ਆ ਸਾਡੀਆਂ ਲੇਡੀਜ਼ ਹੈਗੀਆਂ ਉਹਨਾਂ ਨੂੰ ਟੱਪ ਕੇ ਹੁਣ ਦੂਜੇ ਪਾਸੇ ਹਾਈਵੇ 'ਤੇ ਜਾਣਾ ਪੈਣਾ, ਉਹਨਾਂ ਕੋਲ ਟੱਪਿਆ ਨਹੀਂ ਜਾਂਦਾ, ਕਈ ਲੇਡੀਜ਼ ਡਿੱਗ ਪਈਆਂ ਉੱਥੇ, ਕਈਆਂ ਦੇ ਸੱਟ ਚੋਟ ਵੀ ਲੱਗੀ ਹੈਗੀ ਆ। ਤੋ ਅਸੀਂ ਇਹ ਡਿਮਾਂਡ ਕੀਤੀ, ਉਹਨਾਂ ਨੇ ਕਿਹਾ ਵੀ ਅਸੀਂ ਇਹਦਾ ਜਲਦੀ ਹੱਲ ਕਰਦੇ ਹਾਂ। ਜਰਨੈਲ ਜੀ, ਇੱਕ 8 ਮੰਗਾਂ ਸੀਗੀਆਂ ਤੁਸੀਂ ਦਿੱਤੀਆਂ ਇਹਨਾਂ ਨੂੰ, ਉਹ 8 ਮੰਗਾਂ ਦੇ ਵਿੱਚ ਸਵਾਲ ਹੈਗਾ ਜੀ, ਜਿਹੜਾ ਉਹਨਾਂ ਦਾ ਇਹਨੇ ਜਵਾਬ ਭੇਜਿਆ, ਹਾਂਜੀ, ਉਹ ਜਵਾਬ ਸਾਡੇ ਕੋਲ ਲਿਖਤੀ ਆ ਗਿਆ। ਅਸੀਂ ਇਹਨਾਂ ਦਾ ਜਵਾਬ ਹੀ ਉਡੀਕਦੇ ਸੀ, ਇਹਨਾਂ ਨੇ ਜਵਾਬ ਸਾਨੂੰ ਲਿਖਤੀ ਦਿੱਤਾ। ਅੱਜ ਅਸੀਂ ਹੁਣ ਲਿਖਤੀ ਇਹਨਾਂ ਦੇ ਜਵਾਬ ਦੀ ਕਾਪੀ ਨਾਲ ਲਗਾ ਕੇ ਲਿਖਤੀ ਸ਼ਿਕਾਇਤ ਕੀਤੀ ਆ ਔਰ ਕਾਰਵਾਈ ਦੀ ਮੰਗ ਕੀਤੀ ਆ। ਔਰ ਇਹਦੇ ਵਿੱਚ ਅਸੀਂ ਕਿਸੇ ਇਹ ਨਹੀਂ ਵੀ ਅਸੀਂ 4 ਬੰਦਿਆਂ ਨੂੰ ਜਾਂ ਇੱਕ ਇਦਾਂ ਦਾ ਮੰਗ ਪੱਤਰ, ਅਸੀਂ ਤਾਂ ਲਿਖਤੀ ਆ, ਦੇਖ ਲਓ ਮੈਂ ਆਪਣੇ ਸਾਈਨਾਂ ਹੇਠ ਜਿਹੜਾ ਆ ਇਹ ਹੁਣ ਦਰਖਾਸਤ ਦਿੱਤੀ ਆ, ਮੰਗ ਪੱਤਰ ਨਹੀਂ ਆ, ਇਹ ਦਰਖਾਸਤ ਹੈ ਜਿਹਦੇ 'ਤੇ ਕਾਰਵਾਈ ਕਰਨੀ ਹੁਣ ਇਹਨਾਂ ਦੇ ਲਈ ਜ਼ਰੂਰੀ ਹੈ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਫਗਵਾੜਾ ਦੇ ਵਿੱਚ ਆਸ਼ੂ ਦੀ ਹੱਟੀ ਦਾ ਖੁੱਲ੍ਹਾ ਚੈਲੰਜ, ਜਿੱਥੋਂ ਤੁਹਾਨੂੰ ਮਿਲਣਗੇ ਸ਼ਹਿਰ ਵਿੱਚ ਸਭ ਤੋਂ ਸਸਤੇ ਰੇਟ ਤੇ ਸੂਟ, ਲਹਿੰਗੇ, ਸਾੜੀਆਂ ਤੇ ਪਲਾਜ਼ੋ। ਆਸ਼ੂ ਦੀ ਹੱਟੀ ਦਾ ਇੱਕ ਹੀ ਵਾਅਦਾ, ਤੁਹਾਨੂੰ ਮਿਲਣਗੇ ਵਧੀਆ ਕੁਆਲਿਟੀ ਦੇ ਕੱਪੜੇ, ਪਰ ਰੇਟ ਨਹੀਂ ਹੋਵੇਗਾ ਜ਼ਿਆਦਾ। ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਆਸ਼ੂ ਦੀ ਹੱਟੀ, ਓਪੋਜ਼ਿਟ ਬੱਸ ਸਟੈਂਡ, ਫਗਵਾੜਾ।